ਬੋਨੀ ਵੱਲੋਂ ਜਿਹੜਾ ਆ ਟੋਪੀਕਲ ਜਿਹੜਾ ਬੋਨੀ ਵੱਲੋਂ ਜੁਆਇਨ ਨਹੀਂ ਕੀਤੀ ਗਈ ਗੱਲ, ਤੁਹਾਨੂੰ ਕੀ ਕਹਿਣਾ ਚਾਹੁੰਦਾ? ਉਹਦੇ ਬਾਰੇ 'ਚ ਇਹੀ ਆ ਵੀ ਜੋ ਬੋਨੀ ਨੇ ਕੀਤਾ ਵਾ ਇਹ ਚੰਗਾ ਨਹੀਂ ਕੀਤਾ, ਸਾਨੂੰ ਤਾਂ ਪਤਾ ਵੀ ਨਹੀਂ ਲੱਗਾ। ਉਹ ਤਾਂ ਜਦੋਂ ਅਸੀਂ ਪਾਰਟੀ ਬਣਾਈ ਆ ਸਭ ਤੋਂ ਮੋਹਰੀ ਹੋ ਕੇ ਭੱਜਾ ਫਿਰਦਾ ਸੀ, ਅਤੇ ਸਾਡੇ ਨਾਲ ਹੀ ਉਹ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਉਹਨੇ ਅਰਦਾਸ ਵੀ ਕੀਤੀ ਹੈ, ਬਚਨ ਬਰਾਸ ਕੀਤੇ ਆ, ਅਤੇ ਉਹ ਅਚਾਨਕ ਚਲਿਆ ਗਿਆ ਵਾ। ਉਹ ਚਲੋ ਜੇ ਆਮ ਹੀ ਬੰਦਾ ਗੱਲ ਕਰੇ ਅਤੇ ਉਹਦੇ ਤੋਂ ਮੁੱਕਰ ਜੇ ਅਤੇ ਉਹ ਵੀ ਤਾਂ ਗੱਲ ਤਾਂ ਮਾੜੀ ਹੁੰਦੀ ਆ, ਪਰ ਜੇ ਗੁਰੂ ਘਰ ਜਾ ਕੇ ਕੋਈ ਕਮਿਟ ਮਿਟ ਕਰਦਾ ਵਾ ਅਤੇ ਜੇ ਉਹ ਤੋਂ ਭੱਜ ਜਾਂਦਾ ਤਾਂ ਫਿਰ ਅਸੀਂ ਕੀ ਕਹਿ ਸਕਦੇ? ਕਦੀ ਸੰਕੇਤ ਦਿੱਤੇ ਸੀ ਕਿ ਉਹਨਾਂ ਨੇ ਕਿ ਮੈਂ ਛੱਡਣਾ ਚਾਹੁੰਦਾ? ਨਾ, ਬਿਲਕੁਲ ਨਹੀਂ, ਬਿਲਕੁਲ ਨਹੀਂ ਦਿੱਤੇ, ਬਿਲਕੁਲ। ਮੈਂ ਸਾਨੂੰ ਤਾਂ ਮਹੀਨਾ ਹੋ ਗਿਆ ਮਿਲਿਆ ਵੀ ਨਹੀਂ ਗਾ, ਕੋਈ ਉਹ ਅੱਗਾ ਪਿੱਛਾ ਹੀ ਹੋ ਜਾਂਦਾ ਰਿਹਾ। ਅਤੇ ਕੋਈ ਅਜਨਾਲਾ ਸਾਹਿਬ ਨਾਲ, ਵੱਡੇ ਅਜਨਾਲਾ ਸਾਹਿਬ ਨਾਲ ਕੋਈ ਗੱਲਬਾਤ ਹੋਈ? ਵੱਡੇ ਅਜਨਾਲਾ ਸਾਹਿਬ ਨਾਲ ਤਾਂ 5-7-10 ਦਿਨ ਪਹਿਲਾਂ ਮਿਲੇ ਸੀਗੇ ਨਾ, ਉਹ ਤਾਂ ਰਹਿੰਦਾ ਸੀ ਵੀ ਮੈਂ ਤਾਂ ਪਹਿਲਾਂ ਤੁਹਾਡੇ ਨਾਲ ਸਾਂ, ਹੁਣ ਵੀ ਤੁਹਾਡੇ ਨਾਲ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਟਕਸਾਲੀ ਹਾਂ, ਟਕਸਾਲੀ ਅਕਾਲੀ ਦਲ ਨਾਲ ਰਹਿਣਾ, ਮੈਂ ਆਪਣੀ ਜਿਹੜੀ ਬਚਨ ਕੀਤੀ ਉਸ 'ਤੇ ਕਾਇਮ ਆ। ਜੇ ਕੱਲ੍ਹ ਦੀ ਗੱਲ ਕੀਤੀ ਜਾਵੇ ਰੈਲੀ ਦੀ ਗੱਲ ਕੀਤੀ ਜਾਵੇ, ਪ੍ਰਕਾਸ਼ ਸਿੰਘ ਬਾਦਲ ਖੁਦ ਪਹੁੰਚੇ ਨੇ, ਕਿਆ ਲੱਗਦਾ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਨੇ ਫਿਰ ਦੁਬਾਰਾ ਤਾਂ ਵੱਡੇ ਬਾਦਲ ਸਾਹਿਬ ਕਮਾਨ ਦੇ ਦਿੱਤੀ ਜੀ? ਵੇਖੋ, ਇਹ ਗੱਲ ਹੈ ਵੀ ਜਦੋਂ ਜਹਾਜ਼ ਡੁੱਬਣ ਲੱਗਦਾ ਨਾ, ਅਤੇ ਫਿਰ ਕਈ ਬੰਦੇ ਕਹਿੰਦੇ ਨੇ ਵੀ ਕੋਈ ਤਿਰਕੇ ਦਾ ਵੀ ਸਹਾਰਾ ਹੁੰਦਾ। ਹੁਣ ਉਹ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ 5 ਵਾਰਾਂ ਮੁੱਖ ਮੰਤਰੀ ਪੰਜਾਬ ਦਾ ਰਿਹਾ, ਅਤੇ ਉਹ ਘਰ ਬੈਠਾ ਸੀਗਾ ਕਾਫੀ ਲੰਮੇ ਸਮੇਂ ਤੋਂ, ਅਤੇ ਕੱਲ੍ਹ ਉਹ ਵੀ ਆਇਆ ਵਾ ਉੱਥੇ, ਜਿਹੜੀ ਕਾਨਫਰੰਸ ਪਹਿਲਾਂ ਇਹਨਾਂ ਨੇ ਕੀਤੀ ਹੈ ਸੰਗਰੂਰ, ਉਹ 'ਚ ਵੀ ਗਿਆ ਵਾ, ਅਤੇ ਉਹਨੂੰ ਹੁਣ ਘਰੋਂ ਇਹਨਾਂ ਨੇ ਕੱਢਿਆ ਵੀ ਹੁਣ ਬਾਪੂ ਬੇੜਾ ਗਰਕ ਹੋ ਚੱਲਿਆ, ਅਤੇ ਤੂੰ ਤਕੜਾ ਹੋ ਕੇ ਸਾਡੀ ਆਣ ਕੇ ਮਦਦ ਕਰ। ਪਰ ਤੁਸੀਂ ਦਿੱਲੀ ਦੇ ਵਿੱਚ ਵੇਖਿਆ ਹੀ ਆ ਕਿੰਨੇ ਚੀਫ ਮਿਨਿਸਟਰ ਅਤੇ ਪ੍ਰਾਈਮ ਮਿਨਿਸਟਰ ਅਤੇ ਹੋਮ ਮਿਨਿਸਟਰ ਅਤੇ ਆਹ ਮਿਨਿਸਟਰ ਅਤੇ ਉਹ ਮਿਨਿਸਟਰ ਗਲੀਆਂ ਦੇ ਵਿੱਚ, ਘਰਾਂ ਦੇ ਵਿੱਚ, ਤੂੰ ਸਾਡੀ ਭੈਣ ਆ, ਮਾਂ ਵਾਂ, ਭਰਾ ਵਾਂ, ਵੋਟਾਂ ਪਾਓ ਜੀ, ਕਿਸੇ ਪਾਈਆਂ ਨਹੀਂ ਪਾਈਆਂ। ਲੋਕ ਜਦੋਂ ਮਨ ਬਣਾ ਲੈਂਦੇ ਆ ਫਿਰ ਨਹੀਂ ਇਹ ਅੱਗਾ ਪਿੱਛਾ ਵੇਂਦੇ, ਅਤੇ ਲੋਕਾਂ ਮਨ ਬਣਾ ਲਿਆ, ਕਾਂਗਰਸ ਨੂੰ ਵੀ ਲੋਕਾਂ ਨੇ ਹਰਾਉਣਾ ਵਾ ਆਉਣ ਵਾਲੇ ਸਮੇਂ 'ਚ, ਅਤੇ ਅਕਾਲੀ ਦਲ ਬਾਦਲ ਨੂੰ ਤਾਂ ਬਿਲਕੁਲ ਤਗੜਿਆਂ ਹੋ ਕੇ ਰਹਾਉਣਾ ਲੋਕਾਂ। ਕਿਸੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਬੋਨੀ ਨੂੰ ਕਿ ਨਹੀਂ? ਨਹੀਂ ਜੀ, ਉਹ ਬੋਨੀ ਨੂੰ ਚਲਿਆ ਗਿਆ, ਹੁਣ ਮਨਾਉਣਾ ਨੂੰ ਕੀ ਹੈ ਜੀ, ਕਾਹਦੇ ਵਾਸਤੇ? ਹੁਣ ਉਹ ਬਥੇਰੇ ਸੈਂਕੜੇ ਹਜ਼ਾਰਾਂ ਲੋਕ ਆਈ ਜਾਂਦੇ ਨੇ ਆਮ ਲੋਕਾਂ, ਅਸੀਂ ਤਾਂ ਹੁਣ ਆਮ ਲੋਕਾਂ 'ਚ ਜਾਵਾਂਗੇ। ਜੇ ਤੁਸੀਂ ਕਹੋ ਨਾ ਵੀ ਕੋਈ ਅਸੀਂ ਕਿਸੇ ਨੂੰ ਐਮ ਪੀ ਨੂੰ ਜਾਂ MLA ਨੂੰ ਲੈ ਆਈਏ, ਤਾਂ ਇਹ ਹੋ ਸਕਦਾ ਵੀ ਉਹ ਅਜੇ ਆਪਣੇ ਉੱਥੋਂ ਨਾ ਹੀ ਲਾਗੇ ਜਾ ਕੇ ਸ਼ਾਇਦ ਕੋਈ ਫਰਕ ਪੈ ਜਾਵੇ, ਉਦੋਂ ਤਾਂ ਵੇਖਾਂਗੇ ਕੀਤੀ ਜਾਏਗੀ, ਉਹ ਮਿਲਾਂਗੇ ਉਹਨਾਂ ਦੇ ਨਾਲ, ਪਰ ਉਹ ਮੇਰਾ ਖਿਆਲ ਬਿਲਕੁਲ 100% ਸਾਡੇ ਨਾਲ। ਅਤੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ, ਉਹਨੂੰ ਵੀ ਸੱਦਿਆ ਜਾ ਸਕਦਾ? ਸਿੱਧੂ ਬਾਰੇ ਤਾਂ ਮੈਂ ਜੀ ਪਹਿਲਾਂ ਵੀ ਕਮਿਟਮੈਂਟ ਕੀਤੀ ਹੈ, ਕਈਆਂ ਲੋਕਾਂ ਨੇ ਬਹੁਤ ਚੰਗਾ ਵੀ ਕਿਹਾ, ਥੋੜ੍ਹਾ ਕੁਝ ਲੋਕਾਂ ਨੇ ਆਖਿਆ ਜੀ ਅਜੇ ਇਹ ਗੱਲ ਕਰਨੀ ਨਹੀਂ ਚਾਹੀਦੀ, ਲੇਕਿਨ ਮੈਂ ਸਮਝਦਾ ਵੀ ਇਸ ਵੇਲੇ ਪੰਜਾਬ ਦੇ ਵਿੱਚ ਜੇ ਕੋਈ ਲੀਡਰ ਸਭ ਤੋਂ ਵੱਡਾ ਅਤੇ ਲੋਕਾਂ ਦਾ ਮਨ ਜਿਹੜਾ ਵਾ ਜਿੱਤਣ ਵਾਲਾ ਵਾ ਉਹ ਆ ਸਿੱਧੂ ਸਾਹਿਬ, ਅਤੇ ਸਿੱਧੂ ਸਾਹਿਬ ਜੇ ਸਾਡੀ ਪਾਰਟੀ 'ਚ ਆਉਂਦੇ ਆ ਤਾਂ ਅਸੀਂ ਦੋਵੇਂ ਹੱਥ ਲੰਮੇ ਕਰਕੇ ਅਤੇ ਉਹਨਾਂ ਨੂੰ ਮਿਲਾਂਗੇ, ਵੈਲਕਮ ਕਹਾਂਗੇ, ਅਤੇ ਉਹ ਆਉਣ 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 ਕੇ ਅਤੇ ਤਕੜੇ ਹੋ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੁੰਦੇ। ਕਿਆ ਬਰਾਬਰਾ ਸਾਹਿਬ ਲੱਗਦਾ ਕੱਲ੍ਹ ਜਿਹੜੀ ਰੈਲੀ ਦੇ ਵਿੱਚ ਵੱਡੇ ਬਾਦਲ ਸਾਹਿਬ ਪਹੁੰਚੇ ਨੇ, ਪੁੱਤਰ ਮੋਹ ਪਿਆਰਾ ਹੋ ਗਿਆ ਫਿਰ? ਬਿਲਕੁਲ, ਪੁੱਤਰ ਮੋਹ ਆ, ਨਹੀਂ ਤਾਂ ਇਹ ਉਮਰ ਦੇ ਵਿੱਚ 99-95 ਸਾਲ ਦੀ ਉਮਰ ਹੋਵੇ ਅਤੇ ਉਹ ਆਉਂਦੇ ਵੀ ਸਾਥੋਂ ਤੋਂ ਆਪ ਉਹਨਾਂ ਨੇ ਕਿਹਾ ਮੇਰੇ ਕੋਲ 10 ਕਰਮ ਨਹੀਂ ਤੁਰਿਆ ਜਾਂਦਾ ਇਸ ਹਾਲਤ ਦੇ ਵਿੱਚ ਖਲੋ ਕੇ, ਕੱਲ੍ਹ ਉਹ ਬੋਲ ਨਹੀਂ ਸਕੇ, ਉਹਨਾਂ ਕਿਹਾ ਕੁਰਸੀ ਦਿਓ,
ਮੈਂ ਕੁਰਸੀ 'ਤੇ ਬਹਿ ਕੇ ਬੋਲੂੰਗਾ, ਮੈਂ ਖੜ੍ਹਾ ਹੋ ਕੇ ਬੋਲ ਨਹੀਂ ਸਕਦਾ। ਅਤੇ ਉਹਨਾਂ ਦੀ ਸਿਹਤ ਤਾਂ ਤੁਹਾਨੂੰ ਪਤਾ ਹੀ ਆ, 94 ਸਾਲ ਦੇ ਬਜ਼ੁਰਗ ਦੀ ਕਿਹੋ ਜਿਹੀ ਸਿਹਤ ਹੋਊਗੀ। ਅਤੇ ਇਹ ਤਾਂ ਹੁਣ ਇਹਦੇ ਤੋਂ ਮਾਣ ਤੁਸੀਂ ਲਾ ਸਕਦੇ ਹਾਂ ਕਿ ਹੁਣ ਉਹ ਬਾਦਲ ਸਾਹਿਬ ਦਾ ਸਹਾਰਾ ਲੈ ਰਹੇ, ਪਰ ਲੋਕਾਂ ਨੇ ਮਨ ਬਣਾਇਆ। ਬੋਲੀ ਦੀ ਗੱਲ ਕਿਹਾ ਜੀ ਕਿ ਟਕਸਾਲੀ ਵੀ ਅਕਾਲੀ ਵੀ ਅਕਾਲੀ ਦਲ 'ਚ ਸ਼ਾਮਿਲ ਹੋ ਸਕਦੇ? ਉਹ ਜੀ ਬੋਨੀ ਤਾਂ ਜੋ ਮਰਜ਼ੀ ਕਹੇ, ਜਿਹੜਾ ਹੈ ਹੀ ਬੋਨੀ ਆ, ਉਹ ਤਾਂ ਜੋ ਮਰਜ਼ੀ ਕਹਿ ਸਕਦਾ ਵਾ, ਉਹਦੇ ਉਹੋ ਜਿਹੀ ਕਿਸੇ ਗੱਲ ਦੇ ਉੱਤੇ ਕੋਈ ਇਤਬਾਰ ਨਹੀਂ ਕਰਨਾ ਚਾਹੀਦਾ। ਅਤੇ ਉਹ ਤਾਂ ਆਮ ਜਿਸ ਤਰ੍ਹਾਂ ਕੋਈ, ਮੈਂ ਕੀ ਕਹਾਂ ਉਹਦਾ।